ਅਸੀਂ ਆਪਣੇ ਯਾਰਾਂ ਦੋਸਤਾਂ ਨੇ ਕੀਤਾ ਸ਼ੁਰੂ ਜੀ ਰਲ ਕੇ ਸਾਰਿਆਂ ਨੇ। ਇਹਦੇ ਵਿੱਚ ਕਿਹਦਾ ਮੇਨ ਆਈਡੀਆ ਕਿਹਨਾਂ ਦਾ ਸੀ ਇਸ ਨੂੰ ਅੱਗੇ ਲੈ ਕੇ ਆਉਣ ਲਈ? ਅਸੀਂ ਸਾਰਿਆਂ ਦਾ ਹੀ ਸੀ, 4-5 ਜਣਿਆਂ ਦੇ, ਸਾਰੇ ਫਰੈਂਡ ਸਰਕਲ ਦਾ ਨਾਲ ਹੀ ਸੀਗਾ। ਅਤੇ ਸੋਚਿਆ ਪਹਿਲਾਂ ਆਪ ਰਗੜਦੇ ਹੁੰਦੇ ਸੀ, ਅਤੇ ਸੋਚਿਆ ਅਤੇ ਫਿਰ ਸਟਾਰਟ ਕਰਤਾ ਜੀ। ਇਹ ਸਭ ਤੋਂ ਵਧੀਆ ਬੈਸਟ ਆ, ਇਹਦਾ ਕੋਈ ਸਾਈਡ ਇਫੈਕਟ ਨਹੀਂ ਗਾ, ਬੈਨੀਫਿਟ ਹੀ ਆ ਜਿੰਨੇ ਵੀ ਹੈਗੇ ਆ। ਨਾਲੇ ਪੁਰਾਣੇ ਸਮੇਂ ਤੋਂ ਪੀਂਦੇ ਆਏ ਆ, ਭਲਵਾਨ ਵੀ ਆਪਣੇ ਪਲੇਅਰ ਵੀ ਜਿਹੜੇ ਵਧੀਆ, ਅਤੇ ਇਸ ਲਈ ਅਸੀਂ ਇਹਨੂੰ ਥੋੜ੍ਹਾ ਵਧੀਆ ਰੱਖਿਆ, ਅੱਗੇ ਰੱਖਿਆ। ਹਾਂਜੀ, ਸੇਮ ਚੁੱਲ ਦੇ ਟਾਈਮ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਮਾਡਲ ਟਾਊਨ ਦੇ ਵਿੱਚ। ਅੱਜ ਇੱਕ ਖਾਸ ਗੱਲ ਬਾਰੇ ਗੱਲ ਕਰਨ ਜਾ ਰਹੇ ਹਾਂ ਜੀ, ਰਗੜਾ ਸ਼ਰਦਾਈ ਹਰ ਕੋਈ ਪੀ ਰਿਹਾ ਹੈ ਔਰ ਬਹੁਤ ਜ਼ਿਆਦਾ ਇਸਦੀ ਐਡ ਵੀ ਹੋ ਰਹੀ ਹੈ, ਬਹੁਤ ਜ਼ਿਆਦਾ ਇਸਨੂੰ ਹਾਈਪ ਮਿਲ ਰਹੀ ਹੈ। ਕੀ ਹੈ ਵਜ੍ਹਾ ਇਸਨੂੰ ਹਾਈਪ ਦੇਣ ਦੀ ਅਤੇ ਕੀ ਹੈ ਇਹਦੇ ਵਿੱਚੋਂ ਪਾਉਂਦੇ ਜੋ ਇੰਨੀ ਜ਼ਿਆਦਾ ਫੇਮਸ ਹੈ ਔਰ ਲੋਕ ਇੰਨਾ ਇਸ ਨੂੰ ਪਸੰਦ ਕਰ ਰਹੇ ਨੇ? ਆਓ ਕਰਦੇ ਹਾਂ ਗੱਲਾਂ ਬਾਤਾਂ ਅਤੇ ਨਾਲ ਦੀ ਨਾਲ ਦਿਖਾਉਂਦੇ ਹਾਂ ਇਹ ਰਗੜਾ। ਸਾਡੇ ਨਾਲ ਮਿਸਟਰ ਸਿੰਘ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ। ਅਤੇ ਉਹਨਾਂ ਦੇ ਹੱਥ 'ਚ ਗਲਾਸ ਵੀ ਪਕੜਿਆ ਹੋਇਆ ਸ਼ਰਦਾਈ ਵਾਲਾ ਰਗੜਾ। ਸਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਡਮ। ਕੀ ਨਾਮ ਹੈ ਜੀ ਤੁਹਾਡਾ? ਮਨਜੀਤ ਸਿੰਘ। ਸਰ ਤੁਸੀਂ ਇਹਨੂੰ ਮਤਲਬ ਲੈ ਰਹੇ ਹੋ, ਪੀ ਰਹੇ ਹੋ, ਕਿੱਦਾਂ ਦਾ ਟੇਸਟ ਹੈ? ਬਹੁਤ ਵਧੀਆ ਟੇਸਟ ਹੈ ਇਹਨਾਂ ਦਾ, ਕਮਾਲ ਹੋਏ ਬਈ। ਮੈਂ ਤਾਂ ਤਕਰੀਬਨ ਲੰਘ ਕੇ ਜਾਣਾ ਰੋਜ਼ ਇੱਥੋਂ, ਪੀ ਕੇ ਜਾਂਦਾ ਅਤੇ ਬਹੁਤ ਵਧੀਆ ਲੱਗਦਾ ਹੈਗਾ। ਇਹ ਠੰਡੇ ਬਾਜ਼ਾਰ ਜਿੰਨੇ ਉਹ ਦੂਜੇ ਸਾਰੇ ਕੋਲਡ ਡਰਿੰਕ ਨਾਲੋਂ ਬਹੁਤ ਹੀ ਬੈਟਰ ਹੈ, ਅਤੇ ਮੇਰੇ ਹਿਸਾਬ ਨਾਲ ਹਰੇਕ ਨੂੰ ਇਹਦਾ ਇਸਤੇਮਾਲ ਕਰ ਲੈਣਾ ਚਾਹੀਦਾ। ਗਰਮੀ ਹੈਗੀ ਬਹੁਤ, ਅਤੇ ਪੀ ਕੇ ਵੈਸੇ ਵੀ ਸਕੂਨ ਮਿਲਦਾ ਅਤੇ ਵਧੀਆ ਅੱਛਾ ਲੱਗਦਾ। ਵੈਸੇ ਵੀ ਬਹੁਤ ਸੋਹਣੀ ਗੱਲ ਹੈ, ਕਿਉਂਕਿ ਕਈ ਲੋਕ ਹੁੰਦੇ ਨੇ ਜੋ ਕਹਿੰਦੇ ਨੇ ਕਿ ਅਸੀਂ ਬਦਾਮ ਨਹੀਂ ਖਾ ਸਕਦੇ, ਬਹੁਤ ਜ਼ਿਆਦਾ ਮਹਿੰਗੇ ਨੇ, ਹੈ ਨਾ? ਅਤੇ ਬਹੁਤ ਅੱਛੀ ਚੀਜ਼ ਹੈ, 50 ਰੁਪਏ ਦੇ ਵਿੱਚ ਇਹ ਗਲਾਸ ਦੇ ਰਹੇ ਨੇ ਅਤੇ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾਈਆਂ ਹੋਈਆਂ। ਕਿਸ ਕਿਸ ਚੀਜ਼ ਦਾ ਤੁਹਾਨੂੰ ਟੇਸਟ ਆ ਰਿਹਾ ਫਲੇਵਰ? ਟੇਸਟ ਸਾਰੇ ਦਾ ਹੀ, ਬਦਾਮ ਦਾ ਹੈਗਾ ਵਿੱਚ, ਇਲਾਚੀ ਦਾ ਵੀ ਹੈਗਾ, ਕਾਲੀ ਮਿਰਚ ਦਾ ਟੇਸਟ ਹੈਗਾ ਆ, ਅਤੇ ਬਹੁਤ ਵਧੀਆ ਲੱਗ ਰਿਹਾ ਜੀ। ਨਾਲੇ ਪੁਰਾਣਾ ਪੁਰਾਣੀ ਚੀਜ਼ ਹੈ, ਬਹੁਤ ਪੁਰਾਣੀ ਚੀਜ਼ ਆ, ਫਿਰ ਵੀ ਮਜ਼ਾ, ਜਿਹੜੀ ਅੱਜ ਤੋਂ ਕਿੰਨੇ ਸਾਲ ਪੁਰਾਣੀ ਚੱਲਦਾ ਆ ਰਿਹਾ ਰਗੜਾ, ਜਾਂ ਜਿਸ ਤਰ੍ਹਾਂ ਜੋ ਸ਼ਰਦਾਈ ਕਹਿੰਦੇ ਆ ਖਾਸ ਕਰਕੇ, ਅਤੇ ਅਕਸਰ ਸਾਡੇ ਦਾਦੀਆਂ ਨਾਨੀਆਂ ਘਰ 'ਚ ਚੀਜ਼ ਨੂੰ ਬਣਾਉਂਦੇ ਸਨ ਅਤੇ ਬੱਚਿਆਂ ਨੂੰ ਪਿਲਾਇਆ ਕਰਦੇ ਸਨ, ਪਰ ਅੱਜ ਇਹ ਚੀਜ਼ ਯੂਨੀਕ ਅਤੇ ਬਹੁਤ ਜ਼ਿਆਦਾ ਹੈ, ਪਰ ਫੇਮਸ ਵੀ ਬਹੁਤ ਜ਼ਿਆਦਾ ਹੋ ਚੁੱਕੀ ਹੈ। ਸਾਰੇ ਲੋਕ ਇਸ ਨੂੰ ਪਸੰਦ ਕਰ ਰਹੇ ਨੇ ਅਤੇ ਆਓ ਦੇਖਦੇ ਹਾਂ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਉਹ ਪਾਉਂਦੇ ਨੇ ਅਤੇ ਕਿਸ ਤਰ੍ਹਾਂ ਇਸਨੂੰ ਰਗੜਦੇ ਨੇ, ਜਿਹਨੂੰ ਕਹਿੰਦੇ ਨੇ ਰਗੜਾ। ਆਓ ਚੱਲੀਏ। ਪੰਜਾਬੀ ਰਗੜਾ ਅਤੇ ਅੱਜ ਸਾਡੇ ਨਾਲ ਨੌਜਵਾਨ ਪੀੜ੍ਹੀ ਜੁੜ ਚੁੱਕੀ ਹੈ, ਜਿਨ੍ਹਾਂ ਨੇ ਇਸ ਰਗੜੇ ਨੂੰ ਵਾਕਈ ਹਾਈਪ 'ਤੇ ਲਿਆਂਦਾ ਹੈ, ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ। ਬੜੀ ਯੂਨੀਕ ਚੀਜ਼ ਹੈ, ਅਕਸਰ ਪਹਿਲਾਂ ਜਦੋਂ ਅਸੀਂ ਗੱਲ ਕਰਦੇ ਸੀ ਭਲਵਾਨੀ ਦੀ, ਕੁਸ਼ਤੀ ਦੀ, ਅਤੇ ਉਹਨਾਂ ਚੀਜ਼ਾਂ ਵਿੱਚ ਇਹ ਯੂਜ਼ ਹੁੰਦਾ ਸੀ, ਉਹਨਾਂ ਪਹਿਲਵਾਨਾਂ ਲਈ ਇਹ ਚੀਜ਼ ਅੰਮ੍ਰਿਤ ਮੰਨੀ ਜਾਂਦੀ ਸੀ, ਖਾਸ ਕਰਕੇ ਪੰਜਾਬੀਆਂ ਵਿੱਚ ਇਸ ਚੀਜ਼ ਨੂੰ ਦੁਬਾਰਾ ਦੱਸਿਆ। ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ, ਸਾਡੇ ਨਾਲ ਜੁੜ ਚੁੱਕੇ ਨੇ ਮਿਸਟਰ ਸੁਖਪਾਲ ਜੀ ਔਰ ਕਮਲਜੀਤ ਜੀ, ਅਤੇ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸੁਖਪਾਲ ਜੀ, ਕੀ ਕਹਿਣਾ ਚਾਹੋਗੇ ਜੀ ਪੰਜਾਬੀ ਦੁਆਬਾ ਰਗੜਾ ਬਾਰੇ? ਅਸੀਂ ਆਪਣੇ ਯਾਰਾਂ ਦੋਸਤਾਂ ਨੇ ਕੀਤਾ ਸ਼ੁਰੂ ਜੀ ਰਲ ਕੇ ਸਾਰਿਆਂ ਨੇ ਜੀ, ਅਤੇ ਹੋ ਗਿਆ 10-15 ਦਿਨ ਸਾਨੂੰ ਸ਼ੁਰੂ ਕੀਤੇ ਨੇ ਜੀ। ਅਤੇ ਇਹਦੇ ਵਿੱਚ ਕਿਹਦਾ ਮੇਨ ਆਈਡੀਆ ਕਿਹਨਾਂ ਦਾ ਸੀ ਇਸ ਨੂੰ ਅੱਗੇ ਲੈ ਕੇ ਆਉਣ ਲਈ? ਅਸੀਂ ਸਾਰਿਆਂ ਦਾ ਹੀ ਸੀ, 4-5 ਜਣਿਆਂ ਦੇ, ਸਾਰੇ ਫਰੈਂਡ ਸਰਕਲ ਦਾ ਨਾਲ ਹੀ ਸੀਗਾ। ਅਤੇ ਸੋਚਿਆ ਪਹਿਲਾਂ ਆਪ ਰਗੜਦੇ ਹੁੰਦੇ ਸੀ, ਅਤੇ ਸੋਚਿਆ ਅਤੇ ਫਿਰ ਸਟਾਰਟ ਕਰਤਾ ਜੀ।
ਅਕਸਰ ਕਹਿੰਦੇ ਸੀ ਨਾ ਕਿ ਜੇ ਤੁਸੀਂ ਪਹਿਲਵਾਨੀ ਕਰੀਏ ਤੇ ਇਹਨਾਂ ਚੀਜ਼ਾਂ ਦਾ ਸੇਵਨ ਕਰੋ, ਇਹ ਬੋਡੀ ਲਈ ਹੈਲਥ ਲਈ ਬਹੁਤ ਵਧੀਆ ਨੇ, ਹੈ ਨਾ? ਤੇ ਹੁਣ ਇਹ ਪੂਰਾ ਪੰਜਾਬ ਪੀ ਰਿਹਾ ਇਸ ਚੀਜ਼ ਨੂੰ, ਤੁਹਾਨੂੰ ਮਤਲਬ ਬੈਸਟ ਬੈਨੀਫਿਸ਼ੀਅਲ ਵੀ ਹੈ ਔਰ ਬਹੁਤ ਸਾਰੀਆਂ ਮੁਬਾਰਕਾਂ ਵੀ ਨੇ ਕਿ ਤੁਸੀਂ ਵਧੀਆ ਚੀਜ਼ ਪੰਜਾਬ ਵਿੱਚ ਲੈ ਕੇ ਆਏ ਹੋ। ਹਾਂਜੀ ਕਮਲ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਇਹ ਸਭ ਤੋਂ ਵਧੀਆ ਬੈਸਟ ਆ, ਇਹਦਾ ਕੋਈ ਸਾਈਡ ਇਫੈਕਟ ਨਹੀਂ ਗਾ, ਬੈਨੀਫਿਟ ਹੀ ਆ ਜਿੰਨੇ ਵੀ ਹੈਗੇ ਨਾਲੇ ਪੁਰਾਣੇ ਸਮੇਂ ਤੋਂ ਪੀਂਦੇ ਆਏ ਆ, ਭਲਵਾਨ ਵੀ ਆਪਣੇ ਪਲੇਅਰ ਵੀ ਜਿਹੜੇ ਵਧੀਆ, ਅਤੇ ਇਸ ਲਈ ਅਸੀਂ ਇਹਨੂੰ ਥੋੜ੍ਹਾ ਵਧੀਆ ਰੱਖਿਆ, ਅੱਗੇ ਰੱਖਿਆ। ਹਾਂਜੀ ਜਿਸ ਤਰ੍ਹਾਂ ਜਿਸ ਚੀਜ਼ ਤੁਸੀਂ ਉਹਨੂੰ ਘੋਟਦੇ ਪਿਓ, ਰਗੜਦੇ ਪਿਓ, ਉਹਨਾਂ ਨੂੰ ਉਹਨਾਂ ਦੇ ਨਾਮ ਦੱਸਿਓ, ਕੀ ਕਹਿੰਦੇ ਉਹਨਾਂ ਨੂੰ? ਤੁਸੀਂ ਆਓ, ਤੁਸੀਂ ਕੈਮਰੇ ਵਿੱਚ ਉਹਨਾਂ ਚੀਜ਼ਾਂ ਨੂੰ ਵੀ ਦਿਖਾ ਦਿੰਦੇ ਆ ਜੀ, ਜਿਸ ਤਰ੍ਹਾਂ ਇਹਨੂੰ ਸ਼ਰਦਾਈ ਵੀ ਕਹਿੰਦੇ ਨੇ, ਹੈ ਨਾ? ਹਾਂਜੀ ਸ਼ਰਦਾਈ ਕਹਿੰਦੇ ਇਹਨੂੰ ਜੀ। ਤੇ ਇਹਦੇ ਵਿੱਚ ਜਿਹੜੀ ਸਾਰੀ ਚੀਜ਼ਾਂ ਪੈ ਰਹੀਆਂ ਇਹਨਾਂ ਦੇ ਨਾਮ ਸਾਨੂੰ ਇੱਕ ਵਾਰ ਦੱਸ ਦਿਓ। ਇਹਦੇ ਵਿੱਚ ਜੀ ਸਭ ਤੋਂ ਪਹਿਲਾਂ ਖਸਖਸ ਪਾਈਦੀ ਆ ਜੀ, ਫਿਰ ਹਰੇ ਮਗਜ, ਚਿੱਟੇ ਮਗਜ, ਫਿਰ ਕਾਲੀ ਮਿਰਚ, ਛੋਟੀ ਇਲਾਇਚੀ, ਸੌਂਫ, ਫਿਰ ਬਾਅਦ ਚੋਂ ਗਿਰੀਆਂ ਅਤੇ ਕਾਜੂ ਬਾਅਦ ਚੋਂ ਪਾਈਦੇ ਆਪਾਂ, ਅਤੇ ਗੁਲਾਬ ਦੀਆਂ ਪੱਤੀਆਂ ਉਹਦੇ ਨਾਲ ਹੀ ਪਹਿਲਾਂ ਪਾ ਲਈਦੀ ਆਪਾਂ, ਹਰੀ ਇਲਾਇਚੀ। ਹਾਂਜੀ ਛੋਟੀ ਇਲਾਇਚੀ। ਹਾਂਜੀ ਮੈਂ ਇਸ ਦੀ ਗੱਲ ਕਰੀ ਸੀ, ਇਹ ਕਿੰਨੀ ਕੁਆਂਟਿਟੀ ਹੁੰਦੀ, ਇਹਦੇ ਵਿੱਚ ਕਿੰਨਾ ਅਸੀਂ ਬਣਾ ਸਕਦੇ ਹਾਂ? ਇਹਦੇ ਵਿੱਚ ਅਸੀਂ ਜੀ ਕਿਲੋ ਬਣਾ ਲੈਂਦੇ ਹਾਂ। ਹਾਂਜੀ ਉਹਦਾ ਜ਼ਿਆਦਾ ਵੀ ਬਣ ਸਕਦਾ, ਪਰ ਅਸੀਂ ਕਿਲੋ ਦਾ ਰੱਖੀਦਾ। ਜਿਹੜਾ ਵਿੱਚ ਪਾਣੀ ਯੂਜ਼ ਕਰ ਰਹੇ ਹੋ, ਕਿਹੜਾ ਕਰ ਰਹੇ ਹੋ? ਪਾਣੀ ਆਪਾਂ ਲੈ ਕੇ ਆਈਦਾ ਮੁੱਲ ਆਹ ਬਿਸਲੀ ਦੇ। ਹਾਂਜੀ ਉਹ ਪਾਈਦਾ। ਕੀ ਕਹਿਣਾ ਚਾਹੋਗੇ ਵਿਊਵਰਸ ਨੂੰ? ਬਹੁਤ ਸਾਰੇ ਲੋਕ ਨੇ ਜੋ ਇਸ ਚੀਜ਼ ਨੂੰ ਪਸੰਦ ਕਰ ਰਹੇ ਨੇ, ਖਾ ਪੀ ਰਹੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਜ਼ਿਆਦਾ ਤੋਂ ਜ਼ਿਆਦਾ ਸੇਵਨ ਕਰਨਾ ਚਾਹੀਦਾ? ਜ਼ਿਆਦਾ ਇਹਦਾ ਹੀ ਕਰੋ, ਇਹ ਵਧੀਆ ਵਾ। ਦੂਜੇ ਰੈੱਡ ਬੁੱਲਾਂ, ਕੋਕ ਪੀਂਦੇ ਆਪਾਂ, ਉਹਨਾਂ ਨੁਕਸਾਨ ਹੀ ਆ, ਸਾਰਿਆਂ ਨੂੰ ਪਤਾ ਹੀ ਆ। ਇਹ ਚੀਜ਼ ਬੈਸਟ ਆ ਸਭ ਤੋਂ, ਉਹਨਾਂ ਦੇ ਪਾਵਰ ਆ ਅਤੇ ਨਾਲੇ ਐਨਰਜੀ ਆ। ਹਾਂਜੀ ਵੈਸੇ ਵੀ ਇਹ ਮੇਡ ਆਫ ਇੰਡੀਆ ਹੈ ਜੀ, ਸਾਡੇ ਪੰਜਾਬ ਦੀ ਚੀਜ਼ ਬਣੀ ਹੈ, ਅਤੇ ਇਹਨੂੰ ਅਸੀਂ ਪ੍ਰਮੋਟ ਕਰਨਾ, ਇਹਨੂੰ ਹੀ ਅੱਗੇ ਲੈ ਕੇ ਜਾਣਾ, ਇਸਦਾ ਸੇਵਨ ਕਰੋ। ਇਹ ਸਾਡੀ ਹੈਲਥ ਲਈ ਵੀ ਬਹੁਤ ਵਧੀਆ ਹੈ, ਸਾਡੇ ਬੱਚਿਆਂ ਲਈ ਔਰ ਸਾਡੇ ਆਉਣ ਵਾਲੀ ਨਵੀਂ ਜਨਰੇਸ਼ਨ ਲਈ ਇਹ ਚੀਜ਼ਾਂ ਬਹੁਤ ਵਧੀਆ ਨੇ। ਖਾਓ ਪੀਓ, ਇੰਜੋਏ ਕਰੋ, ਸਿਹਤ ਬਰਕਰਾਰ ਰਹਿਣੀ ਚਾਹੀਦੀ ਹੈ। ਸੇਂਟਸ ਆਫ ਦ ਟਾਈਮ ਤੋਂ ਕੋਮਲ ਸ਼ਰਮਾ ਰਿਪੋਰਟ, ਕੈਮਰਾਮੈਨ ਅਨੁਰਾਗ ਦੇ ਨਾਲ।